ਜਿਹੜੇ ਅਸਲੀ ਗਾਉਂਦੇ ਨੇ ਪੰਜਾਬ ਨੂੰ, ਪੰਜਾਬ ਦੀ ਵਾਕਈ ਸੱਚੀ ਸੇਵਾ ਕਰਦੇ ਨੇ, ਉਹਨਾਂ ਨੂੰ ਕੋਈ ਪੁੱਛਦਾ ਨਹੀਂ ਹੈਗਾ। ਬੰਬੇ ਮੂਵ ਹੋ ਗਿਆ ਸੀਗਾ, ਬੰਬੇ ਜਾ ਕੇ ਮੈਨੂੰ ਗਾਣਾ ਮਿਲ ਗਿਆ ਬੋਡੀਗਾਰਡ ਫਿਲਮ ਦਾ, ਵਧੀਆ ਹੋ ਗਿਆ ਸਿਸਟਮ ਉਹ, ਅਤੇ ਤੁਸੀਂ ਪੈਸੇ ਮੰਗਦੇ ਚੰਗੇ ਨਹੀਂ ਲੱਗਦੇ। ਮੈਂ ਫਿਰ ਸਿੱਧਾ ਹੀ ਪੈਣ ਲੱਗ ਗਿਆ ਉਹਨਾਂ ਨੂੰ। ਅੱਛਾ ਜੀ, ਮੈਂ ਕੀ ਕਰੀਏ ਫਿਰ, ਰੋਟੀ ਕੌਣ ਦਊਗਾ ਸਾਨੂੰ? ਉਹਨਾਂ ਨੂੰ ਨਾ ਲਿਖ ਕੇ ਰਿਟਨ ਦੇ ਵਿੱਚ ਪਹਿਲਾਂ ਦਿੱਤੇ ਜਾਂਦੇ ਨੇ ਸਵਾਲ, ਜੋ ਬਿਲਕੁਲ ਬਿਲਕੁਲ ਸਕ੍ਰਿਪਟ ਦੇ ਨਾਲ ਵੀ ਤੁਸੀਂ ਇੰਨਾ ਬੋਲਣਾ ਜੀ, ਆਪਣੇ ਬਾਰੇ ਇਹ ਬੋਲਣਾ, ਜਾਂ ਤੁਸੀਂ ਪੰਜਾਬ ਦੇ ਸਿੰਗਰਾਂ ਲਈ ਇੱਦਾਂ, ਤੁਸੀਂ ਇੱਦਾਂ। ਮੈਂ ਤਾਂ ਬਿਲਕੁਲ ਸਿੱਧਾ ਹੁਣ ਇੱਥੇ ਆਇਆ, ਪਤਾ ਨਹੀਂ ਦੂਜੀ ਇੰਟਰਵਿਊ ਹੋਣੀ ਮੇਰੀ। ਸਿੱਧਾ ਖਿਆਲੀ ਮੈਨੂੰ ਦੱਸਿਆ, ਕਹਿੰਦਾ ਤੈਨੂੰ ਪਤਾ ਤੈਨੂੰ ਕਾਰਡ ਕੌਣ ਦੇ ਕੇ ਗਿਆ, ਤੈਨੂੰ ਸ਼ਾਬਾਸ਼ੀ ਕੌਣ ਦੇ ਕੇ ਗਿਆ, ਕਿੱਦਾਂ ਬੰਦਾ ਇਹ? ਮੈਂ ਕਿਹਾ ਕੌਣ ਹੈ ਭਾਈ? ਕਹਿੰਦਾ ਹਿਮੇਸ਼ ਰੇਸ਼ਮੀਆ, ਜਿਹੜਾ ਟੋਪੀ ਲੱਗੇ ਗਾਉਂਦੇ ਨੇ, ਉਹਨਾਂ ਦਾ ਉਹ ਹੈ, ਇਹ CEO ਹੈ ਕੰਪਨੀ ਦਾ ਉਹਨੇ। ਅਤੇ ਉੱਦਾਂ ਹੀ TV 2 'ਤੇ ਦੇਖਿਆ ਹੋਇਆ ਸੀ, ਮੈਂ ਜ਼ਿਆਦਾ ਕੋਈ ਪ੍ਰਭਾਵਿਤ ਨਹੀਂ ਸੀਗਾ ਉਹਨਾਂ ਤੋਂ। ਹਿਮੇਸ਼ ਜੀ ਜਲਦੀ ਜਲਦੀ 'ਚ ਆਏ। ਹਿਮੇਸ਼ ਜੀ ਕਹਿੰਦੇ, ਐਂਡੀ ਮੇਰੇ ਪਾਸ 2 ਮਿੰਟ ਹੈ ਸਿਰਫ, ਉਸਕੇ ਬਾਅਦ ਮੈਂ ਨਿਕਲ ਜਾਊਂਗਾ। ਉਹਨਾਂ ਦਾ ਮਿਊਜ਼ਿਕ ਸਟਾਰਟ ਕੀਤਾ ਸੀ ਬੋਡੀਗਾਰਡ ਫਿਲਮ ਦਾ। ਅੱਛਾ, ਤੁਸੀਂ ਯਕੀਨ ਨਹੀਂ ਕਰਨਾ, ਬਾਜਾ ਕਦ ਆ ਗਿਆ ਉੱਥੇ ਸਟੂਡੀਓ ਦੇ ਵਿੱਚ, ਅਤੇ 2 ਮਿੰਟ ਤੋਂ 2.5 ਘੰਟੇ ਕਦੋਂ ਹੋ ਗਏ ਮੈਨੂੰ ਪਤਾ ਨਹੀਂ ਲੱਗਿਆ, ਪੂਰਾ ਪਰਿਵਾਰ ਆ ਕੇ ਬਹਿ ਗਿਆ ਜੀ। ਗਾਣਾ ਵੀ ਮੈਂ ਐਸਾ ਖਿੱਚ ਕੇ ਗਾਇਆ ਵੀ ਕਮੀ ਨਾ ਰਹੇ। ਮੈਂ ਕਿਹਾ ਭਾਅ ਜੀ ਤੋਂ ਗਵਾਇਆ 6 ਵਾਰ ਗਾਣਾ। ਅੱਛਾ ਜੀ, ਸੇਮ ਸੁਰ 'ਤੇ ਨਹੀਂ ਗਾਇਆ ਗਿਆ ਉਹਨਾਂ ਤੋਂ। ਅਤੇ ਜਦੋਂ ਉਹਨਾਂ ਨੇ ਗਵਾਇਆ, ਮਿੱਕਾ ਭਾਅ ਜੀ ਨੇ ਮੈਨੂੰ ਕਹਿਤਾ, ਉਹ ਯਾਰ ਤੂੰ ਕਿੰਨਾ ਉੱਚਾ ਗਾਤਾ ਤੂੰ ਕਾਕਾ, ਇੰਨਾ ਉੱਚਾ ਕਿਉਂ ਗਾਇਆ ਯਾਰ, ਮੈਨੂੰ ਗਾਉਣਾ ਔਖਾ ਹੋ ਗਿਆ। ਜਾਂ ਮੈਨੂੰ ਕੁਛ ਸੁਣਾਈ, ਉਹਨੂੰ ਆਵਾਜ਼ ਸੁਣਾਈ ਸਲਮਾਨ ਖਾਨ ਨੂੰ ਤੁਹਾਡੀ, ਉਹਨਾਂ ਨੇ ਕਿਹਾ ਵੀ ਇਹਦੀ ਆਵਾਜ਼ ਰੱਖੋ, ਚਾਹੇ ਜਿੱਦਾਂ ਮਰਜ਼ੀ ਫਿਲਮ 'ਚ ਪਾਓ ਮੈਨੂੰ ਜੀ। 51,000 ਵੀ ਮਹਿੰਗਾ ਉਹ ਦੇ ਦਿਉ, ਮੈਨੂੰ ਆਹ ਨਹੀਂ ਚਾਹੀਦਾ ਹੈਗਾ। 51,000 ਦਾ ਚੈੱਕ ਛੱਡਤਾ ਮੈਂ, ਕੈਸ਼ ਦੇ ਦੂੰ ਮੈਂ, ਕਿਹਾ ਚਲੋ ਠੀਕ ਹੈ। ਹੈਲੋ ਨਮਸਤੇ ਆਦਾਬ, ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਦੋਸਤ ਅਤੇ ਹੋਸਟ ਜਸਵਿੰਦਰ ਸਿੰਘ ਕਾਕਾ, ਅਤੇ ਤੁਸੀਂ ਵੇਖ ਰਹੇ ਹੋ ਰੰਗਲਾ TV। ਰੰਗਲਾ TV ਦੇ ਵਿੱਚ ਲੈ ਕੇ ਹਾਜ਼ਰ ਆ ਪ੍ਰੋਗਰਾਮ ਦੇਸੀ ਕਲਾਕਾਰ। ਦੇਸੀ ਕਲਾਕਾਰ ਪ੍ਰੋਗਰਾਮ ਦੇ ਵਿੱਚ ਮੈਂ ਅਲੱਗ ਅਲੱਗ ਖੇਤਰਾਂ ਦੇ ਵਿੱਚੋਂ, ਅਲੱਗ ਅਲੱਗ ਕੈਟਾਗਰੀਆਂ ਦੇ ਵਿੱਚੋਂ ਅਲੱਗ ਅਲੱਗ ਸੈਲੀਬ੍ਰਿਟੀਆਂ ਨੂੰ ਲੈ ਕੇ ਆਉਣਾ, ਅਤੇ ਉਹਨਾਂ ਦੇ ਜੀਵਨੀ ਬਾਰੇ ਆਪਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਦੇ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਂ ਇੱਕ ਕੌਂਬੋ ਲੈ ਕੇ ਆਇਆ ਜੀ, ਕੌਂਬੋ ਪੈਕ ਲੈ ਕੇ ਆਇਆ। ਤੁਸੀਂ ਸੋਚ ਰਹੇ ਹੋਗੇ ਕੌਂਬੋ ਕਿਹੜਾ ਕੌਂਬੋ, ਉਹ ਤੁਸੀਂ ਸੋਚਣਾ ਜੀ, ਸੋਚਣ ਨੂੰ ਆਪਾਂ ਬੈਠੇ ਹਾਂ। ਸਸਪੈਂਸ ਮੈਂ ਜ਼ਿਆਦਾ ਨਹੀਂ ਵਧਾਵਾਂਗਾ, ਅਤੇ ਤੁਹਾਨੂੰ ਦੱਸਣ ਜਾ ਰਿਹਾ ਕੌਂਬੋ ਕੀ ਹੈ। ਕੌਂਬੋ ਹੈ ਜੀ ਬੋਲੀਵੁੱਡ ਅਤੇ ਪੋਲੀਵੁੱਡ ਦਾ ਤੜਕਾ ਲੈ ਕੇ ਆ ਰਿਹਾ। ਹੁਣ ਤੁਸੀਂ ਇਹ ਵੀ ਸੋਚੋਗੇ ਕਿ ਬੋਲੀਵੁੱਡ ਪੋਲੀਵੁੱਡ ਦਾ ਤੜਕਾ ਕੀ। ਦੇਖੋ ਜੀ, ਪ੍ਰੋਗਰਾਮ ਦਾ ਨਾਂ ਹੈ ਦੇਸੀ ਕਲਾਕਾਰ, ਪਰ ਦੇਸੀ ਕਲਾਕਾਰ ਦੇ ਵਿੱਚ ਬੋਲੀਵੁੱਡ ਦੀ ਗੱਲ ਕਿਉਂ ਹੋ ਰਹੀ ਹੈ? ਕਿਉਂਕਿ ਬੋਲੀਵੁੱਡ ਦੇ ਵਿੱਚ ਇੱਕ ਇੱਦਾਂ ਦੇ ਸਿੰਗਰ ਨੇ ਜਿਨ੍ਹਾਂ ਨੇ ਬਹੁਤ ਧਮਾਲਾਂ ਪਾਈਆਂ, ਪਰ ਬੇਸਿਕਲੀ ਪੰਜਾਬ ਤੋਂ ਨੇ, ਬਿਲਕੁਲ ਦੇਸੀ ਠੇਠ ਬੰਦੇ ਨੇ। ਇਸ ਕਰਕੇ ਮੈਂ ਕਹਿ ਰਿਹਾ ਕਿ ਬੋਲੀਵੁੱਡ ਅਤੇ ਪੋਲੀਵੁੱਡ ਦਾ ਮੈਂ ਤੜਕਾ ਲੈ ਕੇ ਆ ਰਿਹਾ। ਜੀ 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 ਬਿਲਕੁਲ, ਤੁਹਾਡੀ ਐਕਸਾਈਟਮੈਂਟ ਜ਼ਿਆਦਾ ਨਹੀਂ ਵਧਾਵਾਂਗਾ, ਅਤੇ ਤੁਹਾਡੇ ਰੂਬਰੂ ਕਰਾਵਾਂਗਾ ਪਟਿਆਲਾ ਘਰਾਣੇ ਤੋਂ ਇੰਦੂ ਸ਼ਰੀਫ ਜੀ ਦੇ ਪੋਤਰੇ ਆਲਮਗੀਰ ਖਾਨ ਸਾਹਿਬ। ਖਾਨ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਮੇਰੇ ਵੱਲੋਂ। ਕੀ ਹਾਲ ਚਾਲ? ਬਹੁਤ ਵਧੀਆ ਜੀ, ਤੁਸੀਂ ਸੁਣਾਓ? ਠੀਕ ਠਾਕ। ਹਾਂਜੀ ਹਾਂਜੀ। ਲਓ ਜੀ, ਅੱਜ ਪਹੁੰਚ ਗਏ ਆਪਾਂ ਦੇਸੀ ਕਲਾਕਾਰ ਹਾਂਜੀ ਹਾਂਜੀ ਸ਼ੋਅ ਦੇ ਵਿੱਚ। ਹਾਂਜੀ, ਮੈਂ ਅੱਗੇ ਗੱਲ ਕਲੀਅਰ ਕਰ ਦਿੱਤੀ, ਦੇਸੀ ਕਲਾਕਾਰ ਆਪਾਂ ਤਾਂ ਕਿਹਾ ਕਿ ਤੁਸੀਂ ਪੰਜਾਬ ਦੇ ਹੋ, ਮਿੱਟੀ ਦੇ ਨਾਲ ਜੁੜੇ ਹੋਏ ਹੋ ਜੀ। ਪਹਿਲਾਂ ਆਪਾਂ ਦੇਸੀ ਸੀ, ਚਾਹੇ ਵਿਦੇਸੀ ਹੋ ਗਏ ਹਾਂ, ਪਰ ਅੱਜ ਵੀ ਆਪਾਂ ਦੇਸੀ ਹਾਂ। ਦੇਸੀ ਹਮੇਸ਼ਾ ਦੇਸੀ ਰਹਾਂਗੇ ਆਪਾਂ ਜੀ। ਹਾਂ ਬਿਲਕੁਲ, ਬੰਦੇ ਵੀ ਦੇਸੀ ਹਾਂ ਅਤੇ ਤੁਹਾਡੇ ਬੈਕਗ੍ਰਾਉਂਡ ਬਾਰੇ, ਤੁਹਾਡੇ ਖਾਨਦਾਨ ਬਾਰੇ, ਕਿਉਂਕਿ ਜਿੱਥੇ ਪੰਜਾਬੀ ਫੋਕ ਦੀ ਗੱਲ ਆਉਂਦੀ, ਪੰਜਾਬੀ ਸੱਭਿਆਚਾਰ ਦੀ ਗੱਲ ਆਉਂਦੀ, ਪੰਜਾਬੀ ਕਲਚਰ ਦੀ ਗੱਲ ਆਉਂਦੀ ਆ, ਉੱਥੇ ਇੰਦੂ ਸ਼ਰੀਫ ਦੇ ਖਾਨਦਾਨ ਦਾ, ਉਹਨਾਂ ਦੇ ਪਰਿਵਾਰ ਦਾ ਨਾਮ ਜਿਹੜਾ ਉਹ ਆਟੋਮੈਟਿਕਲੀ ਅੱਗੇ ਆ ਜਾਂਦਾ ਆ, ਪਰ ਫਿਰ ਵੀ ਮੈਂ ਚਾਹੁੰਦਾ ਕਿ ਤੁਸੀਂ ਜ਼ਰੂਰ ਆਪਣੇ ਬੈਕਗ੍ਰਾਉਂਡ, ਆਪਣੇ ਬਜ਼ੁਰਗਾਂ ਬਾਰੇ ਜ਼ਰੂਰ ਥੋੜ੍ਹਾ ਜਿਹਾ ਚਾਨਣਾ ਪਾਓ। ਮੇਰੇ ਬਜ਼ੁਰਗ ਸਾਡਾ ਪਟਿਆਲਾ ਘਰਾਣਾ, ਜਿੱਦਾਂ ਤੁਸੀਂ ਦੱਸ ਹੀ ਚੁੱਕੇ ਹੋ ਲੋਕਾਂ ਨੂੰ, ਆਡੀਅੰਸ ਨੂੰ, ਸਾਡੇ ਨੂੰ, ਸਾਡਾ ਪਟਿਆਲਾ ਘਰਾਣਾ ਜਿੱਦਾਂ ਮੰਨਿਆ ਜਾਂਦਾ ਹੈ, ਅਤੇ ਉਹਨਾਂ ਦੇ ਵਿੱਚੋਂ ਮੇਰੇ ਦਾਦਾ ਜੀ ਪੜਦਾਦਾ ਜਿਹੜਾ ਸਾਡਾ ਘਰਾਣਾ ਹੈ ਜੀ, ਇੰਦੂ ਸ਼ਰੀਫ ਜੀ ਹੋਰਾਂ ਨਾਲ, ਸਾਡੇ ਮੇਰੇ ਜਿਹੜੇ ਹੁਣ ਹੈਗੇ ਨੇ ਦਾਦਾ ਜੀ, ਉਹਨਾਂ ਦਾ ਨਾਮ ਹੈ ਸ਼ਰੀਫ ਜੀ, ਅਤੇ ਮੇਰੇ ਪੜਦਾਦਾ ਜੀ ਦਾ ਨਾਮ ਸੀਗਾ ਇਦੂ ਜੀ ਜੀ, ਅਤੇ ਇੱਕ ਮੇਰੇ ਦਾਦਾ ਜੀ ਸੀਗੇ ਕਰਮਦੀਨ ਜੀ। ਮਤਲਬ ਸ਼ਰੀਫ ਅਤੇ ਕਰਮਦੀਨ ਇਹ ਦੋਨੇ ਐਸੇ ਕਲਾਕਾਰ ਸੀਗੇ ਕਿ ਜਿੱਦਾਂ ਹੁਣ ਕਹਿੰਦੇ ਨੇ ਵੀ ਵੱਡੇ ਵੱਡੇ ਸਿੰਗਰਾਂ ਨੂੰ ਬੁਲਾਉਣਾ ਹੈ ਵਿਆਹਾਂ ਦੇ ਵਿੱਚ, ਪਹਿਲਾਂ ਇੱਕ ਜਦ ਮਾਹੌਲ ਹੁੰਦਾ ਸੀ, ਮਾਈਕ ਵੀ ਨਹੀਂ ਹੁੰਦਾ ਸੀਗਾ, 7 ਕਿਲੋਮੀਟਰ ਦੂਰ, 5 ਕਿਲੋਮੀਟਰ ਦੂਰ ਰਾਤ ਨੂੰ ਟਿੱਕੀ ਹੋਈ ਰਾਤ ਦੇ ਵਿੱਚ ਉਹਨਾਂ ਨੇ ਗਾਉਣਾ, ਅਤੇ ਲੋਕਾਂ ਨੇ ਖੜ੍ਹੇ ਹੋ ਕੇ ਕੋਠਿਆਂ ਤੋਂ ਉਹਨਾਂ ਨੂੰ ਆਵਾਜ਼ਾਂ ਆਉਣੀਆਂ ਸੁਣਨਾ, ਮਤਲਬ ਇੰਨੀ ਜ਼ਬਰਦਸਤ ਆਵਾਜ਼ ਹੁੰਦੀ ਸੀ ਉਹਨਾਂ ਦੇ ਦਾਦੇ ਹੋਰਾਂ ਦੀ। ਜਦ ਕਿਸੇ ਨੇ ਵਿਆਹ ਕਰਨਾ ਹੁੰਦਾ ਸੀ, ਕੁੜੀ ਵਾਲੇ ਕਹਿੰਦੇ ਹੁੰਦੇ ਸੀਗੇ ਵੀ ਭਾਈ ਅਸੀਂ ਬਰਾਤ ਤਾਂ ਤੁਹਾਡੇ ਨਾਲ ਕੁੜੀ ਤੋਰਾਂਗੇ ਬਰਾਤ ਦੇ ਵਿੱਚ, ਜੇ ਇੰਦੂ ਸ਼ਰੀਫ ਦਾ ਅਖਾੜਾ ਤੁਸੀਂ ਲਵਾਓਗੇ ਵਿਆਹ ਦੇ ਵਿੱਚ। ਕਿਆ ਬਾਤ ਹੈ, ਐਸਾ ਮਾਹੌਲ ਹੁੰਦਾ ਸੀਗਾ, ਮਤਲਬ ਇੰਨਾ ਵਧੀਆ ਕਲਾਕਾਰ ਹੁੰਦੇ ਸੀਗੇ, ਉਹਨਾਂ ਨੇ ਹੀਰ ਗਾਉਣੀ, ਸੱਸੀ ਪੁੰਨੂ, ਮਿਰਜ਼ਾ ਸਾਹਿਬਾਂ, ਅਤੇ ਦਾਦਾ ਜੀ ਇਹਨਾਂ ਨੇ ਪੰਜਾਬੀ ਕਲਚਰ ਦਾ ਹਮੇਸ਼ਾ ਉਹ ਕੀਤਾ, ਮਤਲਬ ਕੀ ਕਹਿ ਸਕਦੇ ਆਪਾਂ, ਪ੍ਰਮੋਟ ਕੀਤਾ ਦਾਦਾ ਜੀ ਇਹਨਾਂ ਨੇ।
ਪਰ ਕਿਤੇ ਨਾ ਕਿਤੇ ਜਾ ਕੇ ਥੋੜ੍ਹੀ ਉਹ ਹੋ ਗਈ ਹੈ ਵੀ ਉਹ ਵਿਚਾਰੇ ਇੱਕ ਤਾਂ ਅਨਪੜ੍ਹਤਾ ਦੀ ਕਰਕੇ ਇੱਕ ਥੋੜ੍ਹਾ ਜਿਹਾ ਜ਼ਿਆਦਾ ਹੀ ਮਤਲਬ ਗਾਇਕੀ ਵੱਲ ਹੀ ਧਿਆਨ ਰੱਖਿਆ ਉਹਨਾਂ ਨੇ, ਢੱਡ ਸਰੰਗੀ ਹੀ ਚੱਕ ਕੇ ਰੱਖਿਆ, ਤੁਰੇ ਤੁਰੇ ਲੰਘੇ 200-200 ਕਿਲੋਮੀਟਰ, ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਮੇਲਾ ਲਾ ਰਹੇ ਨੇ, ਮਤਲਬ ਇਹੋ ਜਿਹਾ ਮਾਹੌਲ ਰਿਹਾ ਕਿ ਉਹਨਾਂ ਨੇ ਗਾਇਕੀ ਨੂੰ ਹੀ ਸਮਰਪਿਤ ਕਰਤਾ ਆਪਣਾ ਸਾਰਾ ਕੁਛ। ਨਹੀਂ ਦਾਦਾ ਹੀ ਦੱਸਿਆ ਤੁਸੀਂ? ਹਾਂਜੀ ਪੜਦਾਦਾ ਹੀ ਬਾਰੇ ਦੱਸਿਆ। ਹਾਂਜੀ ਆਪਣੇ ਬ੍ਰਦਰ ਜਿੰਨੇ ਵੀ ਚਾਚੇ ਤਾਏ, ਟੋਟਲ ਫੈਮਿਲੀ ਬਾਰੇ ਤੁਸੀਂ ਦੱਸਦਾ ਕਿ ਪੰਜਾਬੀ ਸੱਭਿਆਚਾਰ ਪੰਜਾਬੀ ਕਲਚਰ ਦਾ ਉਹਨਾਂ ਦਾ ਬੜਾ ਪਿਆਰ ਸੀ, ਔਰ ਜਿਹੜੇ ਪੰਜਾਬੀ ਆਪਣੇ ਸਾਜੋ ਸਮਾਨ ਆ ਢੱਡ ਸਰੰਗੀ ਹਰਮੋਨੀਅਮ ਵਾਜਾ ਜਿਹੜਾ, ਔਰ ਉਹਨਾਂ ਨੇ ਜਿਹੜਾ ਜ਼ਿਆਦਾ ਵਰਕ ਵੀ ਉਹਦੇ 'ਤੇ ਕੀਤਾ ਆ, ਪਰ ਤੁਸੀਂ ਆਪਣੀ ਲੈ ਕਿਉਂ ਚੇਂਜ ਕੀਤੀ, ਉਸ ਲੈ 'ਤੇ ਕਿਉਂ ਨਹੀਂ ਗਿਆ? ਮੇਰੀ ਲੈ ਚੇਂਜ ਤਾਂ ਨਹੀਂ ਹੋਈ, ਮੈਨੂੰ ਤਾਂ ਜੋਬ ਮਿਲ ਗਈ ਸੀਗੀ ਸੈਂਟਰਲ ਗਵਰਨਮੈਂਟ ਦੀ। ਹਾਂ ਤੁਹਾਡਾ ਕਹਿਣ ਦਾ ਮਤਲਬ ਇਹ ਵੀ ਮੈਂ ਲੈ ਚੇਂਜ ਕੀਤੀ ਜਾਂ ਲਾਈਨ ਚੇਂਜ ਕੀਤੀ ਉਹ ਮੈਂ ਸਮਝ ਗਿਆ ਵੀ ਤੁਸੀਂ ਵੀ ਢੱਡ ਸੰਗੀ ਨਾਲ ਕਿਉਂ ਨਹੀਂ ਗਾਇਆ। ਜੀ 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 ਇਹੀ ਕਹਿਣਾ ਚਾਹੁੰਦੇ ਤੁਸੀਂ, ਢੱਡ ਸਰੰਗੀ ਨਾਲ ਗਾਉਣ ਨਾਲ ਕਾਰਨ ਇਹ ਸੀਗਾ ਵੀ ਸ਼ੁਰੂ 'ਤੇ ਮੈਂ ਹੁਣ ਫਿਲਮੀ ਕੀੜਾ ਥੋੜ੍ਹਾ ਜਿਹਾ ਬਣ ਗਿਆ ਸੀਗਾ ਗਾਣਿਆਂ ਦਾ, ਮੈਨੂੰ ਸ਼ੌਕ ਪੈ ਗਿਆ ਸੀਗਾ ਸੁਣਨ ਦਾ, ਹਿੰਦੀ ਗਾਣੇ ਫਿਲਮਾਂ ਦੇ ਗਾਣੇ ਟੀ ਵੀ ਟੂਵੀ ਆਉਣ ਲੱਗ ਗਏ ਸੀਗੇ ਘਰਾਂ 'ਚ। ਅਤੇ ਦੂਜੀ ਗੱਲ ਫਿਰ ਜਦ ਮੈਂ ਥੋੜ੍ਹਾ ਜਿਹਾ ਵੱਡਾ ਹੋਇਆ, ਜੋਬ ਜੂਬ ਜੀ ਲੱਗ ਗਈ ਮੈਨੂੰ ਸਿਖਾਉਣ ਲੱਗ ਗਿਆ, ਮੈਂ ਚੰਡੀਗੜ੍ਹ ਕਲਾਕਾਰਾਂ ਦੇ ਵਿੱਚ ਐਜ਼ ਏ ਇੰਸਟਰਕਟਰ ਬੱਚਿਆਂ ਨੂੰ ਸਿਖਾਉਂਦਾ ਸੀਗਾ, ਅਤੇ ਫਿਰ ਥੋੜ੍ਹਾ ਜਿਹਾ ਮੈਨੂੰ ਦਿਮਾਗ 'ਚ ਆਈ ਗੱਲ ਕਿ ਸਾਡੇ ਖਾਨਦਾਨ ਨੇ ਗਾਇਆ ਤਾਂ ਬਹੁਤ ਹੈ, ਸੇਵਾ ਵੀ ਬੜੀ ਕੀਤੀ ਹੈ ਪੰਜਾਬ ਦੀ, ਥੋੜ੍ਹਾ ਕਮਰਸ਼ੀਅਲ ਨਹੀਂ ਹੋਏ। ਬਿਲਕੁਲ ਜੀ, ਕਿਉਂਕਿ ਮੈਂ ਦੇਖਿਆ ਦਾਦਾ ਜੀ ਉਹਨਾਂ ਤੋਂ ਬਾਅਦ ਜਿਹੜੇ ਵਿਚਾਰੇ ਜਿਹਨਾਂ ਨੂੰ ਗਾਣਾ ਵੀ ਨਹੀਂ ਆਉਂਦਾ ਹੈਗਾ, ਜਿਹੜੇ ਬਹੁਤ ਹੀ ਥੋੜ੍ਹਾ ਜਿਹਾ ਉਹ ਕਰਕੇ ਮਤਲਬ ਇੱਕ ਅੱਧਾ ਗਾਣਾ ਕਰਕੇ ਰਿਲੀਜ਼ ਕਰਕੇ ਥੋੜ੍ਹਾ ਜਿਹਾ ਪ੍ਰਮੋਟ ਕਰਕੇ ਲੱਖਾਂ ਕਰੋੜਾਂ ਰੁਪਏ ਕਮਾ ਰਹੇ ਨੇ, ਦਾਦਾ ਜੀ ਨੂੰ ਸਿੱਖਣ ਆਉਂਦੇ ਜਿਹੜੇ, ਉਹਨਾਂ ਦੇ ਬੱਚੇ ਵੀ ਅੱਜ ਸੁਪਰ ਸਟਾਰ ਬਣੇ ਬੈਠੇ ਨੇ। ਅਤੇ ਮੈਂ ਕਿਹਾ ਮੈਂ ਸੋਚਿਆ ਕਾਰਨ ਕੀ ਹੈ, ਕੀ ਗੱਲ ਹੈ, ਅਤੇ ਫਿਰ ਕਿਤੇ ਨਾ ਕਿਤੇ ਮੇਰੇ ਦਿਮਾਗ 'ਚ ਆਈ ਗੱਲ ਕਿ ਇਹਨਾਂ ਨੇ ਕਮਰਸ਼ੀਅਲ ਨਹੀਂ ਕਦੇ ਕੀਤਾ ਕੁਛ ਵੀ, ਅਤੇ ਪੰਜਾਬ ਦੇ ਕਲਚਰ ਨੂੰ ਪ੍ਰਮੋਟ ਕਰਦੇ ਰਹੇ, ਪੰਜਾਬੀ ਚੀਜ਼ਾਂ ਗਾਉਂਦੇ ਰਹੇ, ਪਰ ਪੰਜਾਬ ਨੇ ਕੁਛ ਖਾਸ ਗੱਲਬਾਤ ਕੀਤੀ ਨਹੀਂ। ਉਹ ਜਿਵੇਂ ਹੁੰਦਾ ਨਾ ਇੱਕ ਜਿਵੇਂ ਹੋਰ ਲੱਚਰ ਗਾਉਣ ਵਾਲੇ ਕਲਾਕਾਰਾਂ ਨੂੰ ਦਿੰਦੇ ਨੇ ਬਹੁਤ ਜ਼ਿਆਦਾ ਸਿਰ 'ਤੇ ਰੱਖ ਲੈਂਦੇ ਨੇ ਚੱਕ ਕੇ, ਜਿਹੜੇ ਅਸਲੀ ਗਾਉਂਦੇ ਨੇ ਪੰਜਾਬ ਨੂੰ, ਪੰਜਾਬ ਦੀ ਵਾਕਈ ਸੱਚੀ ਸੇਵਾ ਕਰਦੇ ਨੇ, ਉਹਨਾਂ ਨੂੰ ਵੀ ਪੁੱਛਦਾ ਨਹੀਂ ਹੈਗਾ। ਬਿਲਕੁਲ ਬਿਲਕੁਲ। ਅਤੇ ਇਸ ਕਰਕੇ ਮੈਂ ਕਿਹਾ ਬਈ ਦੇਖ ਕਲਾਕਾਰ ਤਾਂ ਮੈਂ ਹੈਗਾ, ਖਾਨਦਾਨੀ ਵਿਰਾਸਤ ਦੇ ਵਿੱਚ ਹੈਗਾ, ਪਰ ਮੈਨੂੰ ਨਾਲ ਨਾਲ ਥੋੜ੍ਹਾ ਜਿਹਾ ਰੋਟੀ ਪਾਣੀ ਦਾ ਜੁਗਾੜ ਕਰਨਾ ਪੈਣਾ, ਗੁਜ਼ਾਰੇ। ਬਿਲਕੁਲ ਬਿਲਕੁਲ। ਆਪਣਾ ਪਰਿਵਾਰ ਜੇ ਅੱਗੇ ਵਧਾਉਣਾ, ਖਾਨਦਾਨ ਅੱਗੇ ਵਧਾਉਣਾ, ਤਾਂ ਅੱਛਾ ਪਰਵਰਿਸ਼ ਦੇਣੀ ਹੈ ਆਪਣੇ ਬੱਚਿਆਂ ਨੂੰ, ਆਉਣ ਵਾਲੇ ਫਿਊਚਰ ਨੂੰ, ਜਾਂ ਆਪਣੇ ਮਾਂ ਬਾਪ ਨੂੰ ਅੱਛੀ ਇੱਕ ਉਹ ਦੇਣੀ ਹੈ, ਤਾਂ ਮੈਨੂੰ ਥੋੜ੍ਹਾ ਜਿਹਾ ਚੇਂਜ ਕਰਨਾ ਪੈਣਾ। ਬਿਲਕੁਲ ਜੀ। ਅਤੇ ਉਸ ਕਰਕੇ ਮੈਂ ਪੰਜਾਬੀ ਤਾਂ ਛੱਡ ਹੀ ਨਹੀਂ ਸਕਦੇ, ਆਪਾਂ ਕਦੇ ਵੀ ਪੰਜਾਬ ਵੀ ਨਹੀਂ ਛੱਡ ਸਕਦੇ, ਕਿ ਨਾ ਆਪਣੇ ਬਲੱਡ 'ਚ ਉਹ ਜਾ ਸਕਦੀ ਹੈ ਗਾਇਕੀ। ਬੋਂਬੇ ਮੂਵ ਹੋ ਗਿਆ ਸੀਗਾ, ਬੋਂਬੇ ਜਾ ਕੇ ਮੈਨੂੰ ਗਾਣਾ ਮਿਲ ਗਿਆ ਬੋਡੀਗਾਰਡ ਫਿਲਮ ਦਾ, ਵਧੀਆ ਹੋ ਗਿਆ ਸਿਸਟਮ ਉਹ, ਅਤੇ ਉਸ ਤੋਂ ਬਾਅਦ ਪੰਜਾਬੀ ਫਿਲਮਾਂ 'ਤੇ ਮੈਨੂੰ ਆਫਰ ਆਉਣ ਲੱਗੇ ਗਾਉਣ ਲਈ, ਪੰਜਾਬੀ ਫਿਲਮਾਂ ਬਕਾਇਦਾ ਮੈਂ ਪੈਸੇ ਮੰਗਣ ਲੱਗ ਗਿਆ। ਓਕੇ। ਮੈਂ ਕਿਹਾ ਜੀ ਇੰਨੇ ਪੈਸੇ ਲਊਂਗਾ, ਕਹਿੰਦੇ ਜੀ ਥੋੜ੍ਹਾ ਸਾਰਾ ਖਾਂਦਾ ਸੇਵਾ ਕਰਦਾ, ਉਹੀ ਗੱਲ ਆ ਗਈ ਉੱਥੇ। ਦੇਖੋ ਜਿਹੜੀ ਮੈਂ ਸੋਚ ਕੇ ਚੇਂਜ ਕੀਤੀ ਸੀ ਲਾਈਨ, ਉਹ ਮੈਨੂੰ ਕਰਨ ਲੱਗ ਗਏ ਵੀ ਤੁਸੀਂ ਖਾਨ ਸਾਹਿਬ ਐਂ ਨਾ ਕਰੋ, ਦੇਖੋ ਤੁਸੀਂ ਐਡੇ ਬੜੇ ਕਲਾਕਾਰ, ਐਨੇ ਸੋਹਣੇ ਗਾਉਣ ਵਾਲੇ, ਤੁਸੀਂ ਐਡਾ ਤੁਹਾਡੇ ਦਾਦਾ ਜੀ ਐਨੇ ਵਧੀਆ ਗਾਉਣ ਵਾਲੇ, ਅਤੇ ਤੁਸੀਂ ਪੈਸੇ ਮੰਗਦੇ ਚੰਗੇ ਨਹੀਂ ਲੱਗਦੇ। ਮੈਂ ਫਿਰ ਸਿੱਧਾ ਹੀ ਪੈਣ ਲੱਗ ਗਿਆ ਉਹਨਾਂ ਨੂੰ। ਅੱਛਾ ਜੀ। ਮੈਂ ਕੀ ਕਰੀਏ ਫਿਰ, ਰੋਟੀ ਕੌਣ ਦਊਗਾ ਸਾਨੂੰ? ਬਿਲਕੁਲ ਜੀ। ਤੁਸੀਂ ਇੱਦਾਂ ਕਰਨ ਲੱਗ ਗਏ, ਪੈਸੇ ਚੰਗ ਮੰਗਦੇ, ਤੁਸੀਂ ਅੱਛੇ ਅੱਛੇ ਕਲਾਕਾਰ ਹੋਣ ਤਾਂ ਜ਼ਿਆਦਾ ਦਿਓ ਤੁਸੀਂ, ਤਾਂ ਕਿ ਉਹ ਹੋਰ ਪ੍ਰਮੋਟ ਕਰਨ ਆਪਣੇ ਕਲਚਰ ਨੂੰ। ਉਹ ਗੱਲ ਉਹੀ ਆ ਗਈ, ਮਾੜੇ ਕਲਾਕਾਰਾਂ ਨੂੰ ਤੁਸੀਂ ਕਹਿੰਦੇ ਹੋ ਵੀ ਤੁਸੀਂ ਦੱਸੋ ਜੀ, ਚੈੱਕ ਦੱਸੋ ਕਿੰਨੇ ਦਈਏ ਤੁਹਾਨੂੰ ਅਸੀਂ। ਜੀ। ਤੁਸੀਂ ਉਹਨਾਂ ਨੂੰ ਹੱਸ ਕੇ ਦਿੰਦੇ ਹੋ, ਜਿਹੜਾ ਚੰਗਾ ਕਲਾਕਾਰ ਆ ਉਹਨੂੰ ਤੁਹਾਡੀ, ਤੁਹਾਨੂੰ ਉਹਨਾਂ ਦੀ ਜ਼ਰੂਰਤ ਵੀ ਹੈਗੀ ਹੈ ਵੀ ਸਾਡੇ ਲਈ ਗਾਵੇ ਇਹ, ਪਰ ਤੁਸੀਂ ਕਹਿੰਦੇ ਭਾਜੀ ਲੈ ਉਹ ਦਾਦਾ ਜੀ ਦਾ ਕੋਈ ਲਿੰਕ ਕੱਢ ਲਿਆਉਂਦੇ ਹਾਂ, ਰਿਸ਼ਤੇਦਾਰੀ ਕੱਢ ਲੈਂਦੇ ਹਾਂ, ਕੋਈ ਯਾਰੀ ਦੋਸਤੀ ਕੱਢ ਲੈਂਦੇ ਹਾਂ, ਭਾਜੀ ਪਲੀਜ਼ ਸਾਡਾ ਤਾਂ ਇੰਨਾ ਕੀ ਬਜਟ ਹੈ, ਨਹੀਂ ਤਾਂ ਅਸੀਂ ਕਿਸੇ ਵੱਡੇ ਸਿੰਗਰ, ਹੋਰ ਵੱਡੇ ਸਿੰਗਰ ਤੋਂ ਸਾਨੂੰ ਮਤਲਬ ਉੱਥੇ ਵੀ ਉਹ ਕਰ ਦਿੰਦੇ ਨੇ ਵੀ ਨਹੀਂ ਤਾਂ ਅਸੀਂ ਕਿਸੇ ਹੋਰ ਵੱਡੇ ਸਿੰਗਰ ਤੋਂ ਗਵਾਲਦੇ, ਭਾਜੀ ਇਹ ਵਧੀਆ ਪੈਸੇ ਹੁੰਦੇ ਸਾਡੇ ਕੋਲ। ਇਸ ਕਰਕੇ ਮੈਂ ਥੋੜ੍ਹਾ ਪਿੱਛੇ ਅੜ ਗਿਆ ਵੀ ਠੀਕ ਆਪਾਂ ਨੂੰ ਇਹਨਾਂ ਨੂੰ ਲੋੜ ਨਹੀਂ ਹੈਗਾ, ਤਾਂ ਫਿਰ ਮੈਨੂੰ ਵੀ ਲੋੜ ਕੋਈ ਹੈ ਨਹੀਂ। ਇਹ ਫਿਰ ਉਹ ਕਹਾਵਤ ਵਾਲੀ ਗੱਲ ਹੋ ਗਈ ਵੀ ਘੋੜਾ ਗਾਸ ਇਹ ਦੋਸਤੀ ਕਰੇਗਾ ਤੂੰ ਖਾਏਗਾ ਕਿਆ। ਖਾਣਾ ਵੀ ਜ਼ਰੂਰੀ ਹੈ ਜੇ, ਕਿਉਂਕਿ ਖਾਵਾ ਪੀਵਾਂਗੇ એનર્ਜੀ ਆਊਗੀ ਤੇ ਫਿਰ ਬੰਦਾ ਅੱਗੇ ਜ਼ਿੰਦਗੀ ਦੇ ਵਿੱਚ ਵਧੇਗਾ। ਹਾਂਜੀ ਹਾਂਜੀ ਉਹੀ ਗੱਲ ਆ ਗਈ। ਹੁਣ ਥੋੜ੍ਹਾ ਜਿਹਾ ਪਿੱਛੇ ਜਾਂਦੇ ਹਾਂ, 14 ਸਾਲ ਮੇਰਾ ਇਸ਼ਾਰਾ ਸਮਝ ਗਏ ਤੁਸੀਂ, 14 ਸਾਲ ਦੀ ਉਮਰ ਵਿੱਚ ਤੁਸੀਂ ਗਾਉਣ ਲੱਗ ਗਏ ਸੀ, 14 ਸਾਲ ਦੀ ਉਮਰ 'ਚ ਗਾਉਣਾ ਸਟਾਰਟ ਕੀਤਾ, ਫਿਲਮਾਂ ਦਾ ਕੀੜਾ ਪੈ ਗਿਆ ਔਰ ਬੋਂਬੇ ਗਏ, ਬੋਂਬੇ ਐਜ਼ ਏ ਸਿੰਗਰ ਬਣ ਲਈ ਗਏ ਸੀ ਜਾਂ ਘੁੰਮਣ ਫਿਰਨ ਗਿਆ ਸੀ, ਕੀ ਟ੍ਰੈਜਡੀ ਬਣੀ ਸੀ? ਬੋਂਬੇ ਤਾਂ ਮੈਂ ਇੱਦਾਂ ਹੀ ਘੁੰਮਣ ਗਿਆ ਸੀਗਾ, 14 ਸਾਲ ਵਾਲਾ ਹੀ ਸੀਗਾ ਮੈਂ, ਮੇਰੇ ਪਾਪਾ ਜੀ ਨੇ ਮੈਨੂੰ 14 ਸਾਲ ਦੀ ਉਮਰ ਦੇ ਵਿੱਚ ਮਤਲਬ ਬਾਜਾ ਲਿਆ ਕੇ ਦਿੱਤਾ ਸੀਗਾ, ਉਹਨਾਂ ਨੇ ਕਿਹਾ ਸੀ ਲੈ ਗਾਇਆ ਕਰ ਤੂੰ। ਪਹਿਲਾਂ ਤਾਂ ਮੇਰੇ ਸਕੂਲ ਦੇ ਵਿੱਚ ਬੜੀ ਮਾਰ ਪੈਂਦੀ, ਸਾਡੇ ਦੋਨਾਂ ਭਾਈਆਂ ਦੇ, ਗੋਗੀ ਦੇ ਵੀ ਛੋਟੇ ਇੱਕ ਮੈਨੂੰ, ਸਾਡੇ ਤਿੰਨਾਂ ਦੀ ਪੈਂਦੀ ਮਤਲਬ, ਕਹਿੰਦੇ ਤੁਹਾਡੇ ਕੋਈ ਤਾਂ ਆਵੇ ਕੋਈ ਨਿਕਲ ਕੇ, ਤੁਹਾਡੇ ਸਾਰੇ ਆਪਣੇ ਪਿੰਡ 'ਚੋਂ ਜਿਹੜੇ ਵੀ ਹੈਗੇ ਸਾਡੇ ਸਾਡੇ ਰਿਸ਼ਤੇਦਾਰ ਜਾਂ ਸਾਡੇ ਸਾਰੇ ਅੱਛਾ ਪੜ੍ਹ ਰਹੇ ਨੇ, ਕੋਈ ਟੀਚਰ ਲੱਗਿਆ, ਕੋਈ ਬੈਂਕ 'ਚ ਲੱਗਿਆ ਜੋਬ, ਸਾਡੇ ਪਤਾ ਨਹੀਂ ਕੀ
ਮੈਨੂੰ ਇਗਜ਼ਾਮ ਦਾ ਕੁਛ ਪਤਾ ਹੀ ਨਹੀਂ ਸੀਗਾ ਕੀ ਦੇ ਰਿਹਾ ਮੈਂ, ਉਹੀ ਬਸ ਊੜਾ ਆੜਾ ਈੜੀ ਸੱਚਾ ਪੂਰਾ ਆਈ ਟੂ ਜੈਡ ਉਹ ਲਿਖਤਾ ਮੈਂ ਇਗਜ਼ਾਮ ਦੇ ਵਿੱਚ, 35 ਅੱਖਰ ਲਿਖਤੇ, 35 ਅੱਖਰ ਪੂਰੇ ਲਿਖਤੇ ਮੈਂ ਇੰਗਲਿਸ਼ ਦਾ ਪੇਪਰ ਸੀਗਾ। ਮੈਨੂੰ ਉਹਨਾਂ ਨੇ ਸਪੈਸ਼ਲ ਬੁਲਾਇਆ ਜਦੋਂ ਚੈੱਕ ਚੁੱਕ ਜਾ ਕਰਦੇ ਰਿਜ਼ਲਟ, ਕਹਿੰਦੇ ਆਲਮ ਜੀ ਆਹ ਕੀ ਹੈ, ਨਹੀਂ ਕਹਿੰਦੇ ਪੁੱਤ ਆਹ ਕੀ ਹੈ, ਇਹ ਤੂੰ ਇੰਗਲਿਸ਼ ਦੇ ਲਈ ਪੇਪਰ ਦੇ ਵਿੱਚ ਪੂਰਾ ਪੰਜਾਬੀ ਦਾ ਉਹ ਲਿਖਿਆ। ਮੈਂ ਕਿਹਾ ਜਿਹੜਾ ਮੈਨੂੰ ਆਉਂਦਾ ਸੀ ਉਹ ਮੈਂ ਲਿਖ ਕੇ ਦਿੱਤਾ, ਇੰਨਾ ਕੀ ਆਉਂਦਾ ਸੀ ਮੈਨੂੰ ਤਾਂ, ਜਿਹੜਾ ਤੁਹਾਨੂੰ ਆਉਂਦਾ ਸੀ ਤੁਸੀਂ ਕੁਐਸਚਨ ਪਾਤੇ ਹੋ, ਜਿਹੜਾ ਮੈਨੂੰ ਆਉਂਦਾ ਸੀ ਮੈਂ ਆਪਣਾ ਉੱਤਰ ਦੇਤਾ, ਕਹਿੰਦੇ ਤੂੰ ਤਾਂ ਫੇਲ ਹੈ। ਮੈਂ ਕਿਹਾ ਠੀਕ ਹੈ ਜੀ ਕਰ ਦਿਓ ਕੋਈ ਗੱਲ ਨਹੀਂ, ਫਿਰ ਉਸ ਤੋਂ ਜ਼ਿਆਦਾ ਮਾਰ ਪਈ ਆ ਕੇ ਘਰ। ਇਹ ਮਤਲਬ ਤੁਸੀਂ ਗੱਲਾਂ ਸ਼ੇਅਰ ਲਈਆਂ ਨਾ, ਮੈਂ ਜੇ ਗੱਲਾਂ ਕਦੇ ਸ਼ੇਅਰ ਕਰਦਾ ਨਹੀਂ ਕਿਸੇ ਨਾਲ। ਅੱਛਾ ਜੀ, ਗੱਲ ਕੀ ਹੈ ਕਿ ਇਹ ਆਪਣਾ ਪਿਛੋਕੜ ਹੈ, ਖਾਨਦਾਨ ਹੈ, ਮੇਰੀ ਅਸਲੀਅਤ ਹੈ ਇਹ, ਮੇਰੀ ਜ਼ਿੰਦਗੀ ਦੀ। ਮੈਂ ਕਲਾਕਾਰੀ ਵੱਲ ਕਿੱਦਾਂ ਆਇਆ, ਮੈਂ ਇਸ ਕਰਕੇ ਇਹ ਗੱਲਾਂ ਆਪਣੀਆਂ ਮਤਲਬ ਜਿਹੜੀਆਂ ਹੁੰਦੀਆਂ ਨੇ ਜੋ ਹੋਣੀ ਚਾਹੀਦੀ, ਸੱਚਾਈ ਹੋਣੀ ਚਾਹੀਦੀ ਹੈ। ਮੈਂ ਜ਼ਿਆਦਾਤਰ ਇੰਟਰਵਿਊਜ਼ ਦੇਖਦਾ ਸਿੰਗਰਾਂ ਦੀਆਂ, ਉਹਨਾਂ ਨੂੰ ਨਾ ਲਿਖ ਕੇ ਰਿਟਨ ਦੇ ਵਿੱਚ ਪਹਿਲਾਂ ਦਿੱਤੇ ਜਾਂਦੇ ਨੇ ਸਵਾਲ, ਜੋ ਬਿਲਕੁਲ ਬਿਲਕੁਲ ਸਕ੍ਰਿਪਟ ਦੇ ਨਾਲ ਵੀ ਤੁਸੀਂ ਇੰਨਾ ਬੋਲਣਾ ਜੀ ਆਪਣੇ ਬਾਰੇ ਇਹ ਬੋਲਣਾ, ਜਾਂ ਤੁਸੀਂ ਪੰਜਾਬ ਦੇ ਸਿੰਗਰਾਂ ਲਈ ਇੱਦਾਂ, ਤੁਸੀਂ ਇੱਦਾਂ। ਮੈਂ ਤਾਂ ਬਿਲਕੁਲ ਸਿੱਧਾ ਹੁਣ ਇੱਥੇ ਆਇਆ, ਪਤਾ ਨਹੀਂ ਦੂਜੀ ਕੁ ਇੰਟਰਵਿਊ ਹੋਣੀ ਮੇਰੀ, ਪਹਿਲਾਂ ਮੇਰੇ ਭਾਜੀ ਨੇ ਸੇਖੋ ਸਾਹਿਬ ਨੇ ਮੇਰੀ ਇੰਟਰਵਿਊ ਕੀਤੀ ਸੀਗੀ ਇੱਕ ਵਧੀਆ ਚੈਨਲ ਲਈ, ਉੱਥੇ ਵੀ ਐਨ ਖੁੱਲ੍ਹੀਆਂ ਗੱਲਾਂ ਕੀਤੀਆਂ ਸੀਗੀਆਂ। ਅੱਜ ਵੀ ਤੁਹਾਡੇ ਨਾਲ ਉਹੀ ਸਵਾਦ ਆ ਰਿਹਾ ਗੱਲਾਂ ਕਰਨ ਦਾ, ਖੁੱਲ੍ਹੀਆਂ ਗੱਲਾਂ, ਖੁੱਲ੍ਹੀਆਂ ਗੱਲਾਂ, ਰੰਗਲਾ ਟੀਵੀ ਵਾਲਾ ਰੰਗ ਬਣਦਾ ਪੂਰਾ। ਹਾਂ ਬਿਲਕੁਲ। ਅੱਛਾ ਹੁਣ ਆਪਾਂ ਬੰਬੇ ਜਿਹੜੀ ਗੱਲ ਹੋਈ ਸੀ, ਵੀ ਯਾਨੀ ਕਿ ਪੰਜਾਬ ਦਾ ਸਿੰਗਰ, ਸੋਚਿਆ ਨਹੀਂ ਸੀ ਵੀ ਬੰਬੇ ਜਾ ਕੇ, ਵੀ ਫਿਲਮਾਂ ਦਾ ਚਲੋ ਸ਼ੌਂਕ ਸੀ, ਪਰ ਇਹ ਸਬੱਬ ਕਿੱਦਾਂ ਬਣ ਗਿਆ ਵੀ ਜਾ ਕੇ ਬੰਬੇ ਜਾ ਕੇ, ਉਹ ਵੀ ਐਡਾ ਵੱਡਾ ਯਾਰ ਸਲਮਾਨ ਖਾਨ ਸਾਹਿਬ ਦੀ ਮੂਵੀ ਦੇ ਵਿੱਚ ਗਾਣਾ ਮਿਲਣਾ, ਇਹ ਕਿੱਦਾਂ ਬਣ ਕਿਵੇਂ ਗਿਆ ਸਿਸਟਮ? ਮੈਂ ਗਿਆ ਸੀਗਾ ਉੱਥੇ ਘੁੰਮਣ ਥੋੜ੍ਹੇ ਦਿਨਾਂ ਲਈ, ਮੇਰੇ ਕੋਈ ਦੋਸਤ ਨੇ ਮਨੀਸ਼ ਕਲਿਆਣ ਚੰਡੀਗੜ੍ਹੋਂ ਡਾਇਰੈਕਟਰ ਨੇ, ਉਹ ਵੀਡੀਓ ਡਾਇਰੈਕਟਰ। ਮੈਂ ਗੌਰਮੈਂਟ ਜੋਬ ਕਰਦਾ ਸੀ ਕਲਾ ਗ੍ਰਾਮ ਦੇ ਵਿੱਚ, ਸੈਂਟਰਲ ਗੌਰਮੈਂਟ ਦੀ ਅੱਛੀ ਜੋਬ, ਸਭ ਸਹੀ ਠੀਕ ਤਾ ਬਾਈ। ਮੈਨੂੰ ਕਹਿੰਦਾ ਮਨੀਸ਼, ਕਹਿੰਦਾ ਭਾਜੀ ਮੈਂ ਬਿਨਾਂ ਪੁੱਛਿਆ ਉਹਨੇ ਟਿਕਟਾਂ ਕਰਾ ਲਈਆਂ। ਅੱਛਾ ਜੀ। ਉਹ ਮੈਂ ਕਿਹਾ ਭਾਈ ਤੂੰ ਤਾਂ ਟਿਕਟਾਂ ਕਰਾ ਲਈਆਂ, ਇੱਥੇ ਤਾਂ ਇਹਨਾਂ ਨੂੰ ਛੁੱਟੀ ਦੇਣੀ ਪੈਂਦੀ ਹੈ ਲਿਖ ਕੇ ਪਹਿਲਾਂ, ਲੀਵ ਦੇਣੀ ਪੈਂਦੀ ਹੈ। ਕਹਿੰਦੇ ਜੀ ਨਹੀਂ ਤੁਸੀਂ ਚੱਲੋ ਮੇਰੇ ਨਾਲ 2 ਦਿਨ ਲਈ, ਆਪਾਂ 2 ਦਿਨ ਬਾਅਦ ਵਾਪਸ ਆ ਜਾਣਾ। ਮੈਂ ਆਪਣੇ ਮੇਰੇ ਇੱਥੇ ਜਿਹੜੇ ਡਾਇਰੈਕਟਰ ਹੁੰਦੇ ਸੀਗੇ ਅਸਿਸਟੈਂਟ, ਉਹਨਾਂ ਨੂੰ ਮੈਂ ਕਿਹਾ, ਮੈਂ ਕਿਹਾ ਜਸਵਿੰਦਰ ਸ਼ਰਮਾ ਜੀ, ਮੈਂ ਕਿਹਾ ਸਰ ਮੈਂ 2 ਦਿਨ ਲਈ ਜਾ ਕੇ ਆਉਣਾ ਜੀ ਬਾਹਰ, ਮੈਂ ਨਹੀਂ ਦੱਸਿਆ ਬੰਬੇ ਜਾ ਰਿਹਾ ਮੈਂ। ਅਤੇ ਜਸਵਿੰਦਰ ਸ਼ਰਮਾ ਜੀ ਕਹਿੰਦੇ ਚੱਲ ਠੀਕ ਹੈ ਜਾਇਆ 2 ਦਿਨ ਲਈ, ਘਰ ਜਾਣਾ ਉਹਨਾਂ ਤਾਂ। ਮੈਂ ਚਲਾ ਗਿਆ ਮਨੀਸ਼ ਨਾਲ ਚੰਡੀਗੜ੍ਹੋਂ, ਫਲਾਈਟ ਲਈ ਅਸੀਂ ਪਹੁੰਚੇ ਉੱਥੇ। ਅੱਛਾ। ਅਤੇ ਉਸ ਤੋਂ ਬਾਅਦ ਮੈਨੂੰ ਫੋਨ ਆ ਗਿਆ ਖਿਆਲੀ ਦਾ, ਮੇਰਾ ਦੋਸਤ ਉੱਥੇ ਪਹਿਲਾਂ ਹੀ ਉਹ ਵਿਨਰ ਬਣ ਚੁੱਕਿਆ ਸੀਗਾ ਆਪਣੇ, ਕੋਮੇਡੀਅਨ ਖਿਆਲੀ। ਹਾਂਜੀ ਹਾਂਜੀ, ਖਿਆਲੀ ਕੋਮੇਡੀਅਨ, ਉਹ ਲਾਫਟਰ ਚੈਨਲ ਦੇ ਵਿਨਰ ਬਣ ਚੁੱਕੇ ਸੀਗੇ। ਉਹਨਾਂ ਨੂੰ ਪਤਾ ਲੱਗ ਗਿਆ ਮੈਂ ਇੱਥੇ ਹਾਂ, ਮੇਰਾ ਪੁਰਾਣਾ ਦੋਸਤ ਸੀਗਾ ਕਲਾ ਗ੍ਰਾਮ 'ਚੋਂ ਹੀ। ਅਤੇ ਮਨੀਸ਼ ਨੂੰ ਉਹਦਾ ਫੋਨ ਆਇਆ ਫੋਨ 'ਤੇ, ਕਹਿੰਦਾ ਭਾਜੀ ਆਏ ਨੇ ਨਾਲ? ਕਹਿੰਦਾ ਹਾਂਜੀ ਆਏ ਨੇ। ਕਹਿੰਦਾ ਕਿੱਥੇ ਰੁਕੇ ਤੁਸੀਂ? ਕਹਿੰਦੇ ਜੀ ਅਸੀਂ JW ਮੈਰਿਟ ਹੋਟਲ ਹੈ ਇੱਥੇ ਜੂਹ ਦੇ ਵਿੱਚ, ਉੱਥੇ ਹਾਂ, ਪਰ ਅਸੀਂ ਚਲੇ ਜਾਣਾ, ਪਰ ਕੱਲ੍ਹ ਚਲੇ ਜਾਣਾ ਸ਼ਾਮ ਦੀ ਫਲਾਈਟ ਤੋਂ। ਕਹਿੰਦਾ ਮੈਂ ਆ ਰਿਹਾ ਤੁਹਾਨੂੰ ਲੈਣ। ਭਾਜੀ ਆਪਣੇ ਡਰਾਈਵਰ ਨੂੰ ਲੈ ਕੇ ਆਏ, ਅਸੀਂ ਸਾਨੂੰ ਘਰ ਲੈ ਗਏ ਉੱਥੇ ਯਾਰੀ ਰੋਡ, ਅਤੇ ਬਾਜਾ ਬੁਜਾ ਰੱਖਿਆ ਸੀ ਉਹਨਾਂ ਨੇ ਘਰ, ਗਾਉਂਦੇ ਵਜਾਉਂਦੇ ਰਹੇ। ਵੈਸੇ ਹੋਰ ਯਾਰ ਮਿੱਤਰ ਬੁਲਾ ਲਏ, ਜਿਵੇਂ ਆਪਾਂ ਬੈਠੇ ਹਾਂ ਅੱਜ ਸਾਰੇ, ਯਾਰ ਦੋਸਤ ਬੁਲਾ ਲਏ, ਜੂਹ ਗਾਉਣ ਲੱਗੇ, ਜੂਹ ਗਾਉਣ ਲਏ। ਉਹਨਾਂ ਦੇ ਵਿੱਚ ਇੱਕ ਬੰਦਾ ਆਇਆ ਸੀਗਾ ਐਂਡੀ ਸਿੰਘ ਜੀ, ਉਹ ਸੀਗੇ ਹਿਮੇਸ਼ ਰੇਸ਼ਮੀਆ ਜੀ ਦੇ CEO ਕੰਪਨੀ ਦੇ, ਓਕੇ, HR ਮਿਊਜ਼ਿਕ ਦੇ CEO। ਅਤੇ ਉਹਨਾਂ ਨੇ ਮੈਨੂੰ ਕਾਰਡ ਦੇ ਤਾ ਜਾਂਦੇ ਜਾਂਦੇ, ਕਹਿੰਦੇ ਬੇਟਾ ਜੀ ਲਓ, ਕੱਲ੍ਹ ਮੁਝੇ ਮਿਲਣਾ। ਮੈਂ ਕੌਣ ਆਇਆ ਬਾਬਾ ਜੀ ਯਾਰ? ਖਿਆਲੀ ਨੂੰ ਮੈਂ ਕਿਹਾ, ਮੈਂ ਕਿਹਾ ਮੈਂ ਇਹਨੂੰ ਕੀ ਕਰਨਾ ਮਿਲ ਕੇ? ਅੱਛਾ ਜੀ। ਹਾਂ, ਅਤੇ ਉਹ ਚਲੇ ਗਏ, ਸਾਰਾ ਕੁਛ ਹੋ ਗਿਆ। ਕਿੱਦਾਂ? ਖਿਆਲੀ ਨੇ ਮੈਨੂੰ ਦੱਸਿਆ, ਕਹਿੰਦਾ ਤੈਨੂੰ ਪਤਾ ਤੈਨੂੰ ਕਾਰਡ ਕੌਣ ਦੇ ਕੇ ਗਿਆ, ਤੈਨੂੰ ਸ਼ਾਬਾਸ਼ੀ ਕੌਣ ਦੇ ਕੇ ਗਿਆ, ਕਿੱਦਾਂ ਬੰਦਾ ਇਹ? ਮੈਂ ਕਿਹਾ ਕੌਣ ਹੈ ਭਾਜੀ? ਕਹਿੰਦਾ ਹਿਮੇਸ਼ ਰੇਸ਼ਮੀਆ, ਜਿਹੜਾ ਟੋਪੀ ਲੱਗੇ ਗਾਉਂਦੇ ਨੇ, ਉਹਨਾਂ ਦਾ ਉਹ ਹੈ ਇਹ CEO ਹੈ ਕੰਪਨੀ ਦਾ ਉਹਨੇ। ਮੈਂ ਕਿਹਾ ਠੀਕ ਹੈ ਜੀ। ਕਹਿੰਦੇ ਤੈਨੂੰ ਜਾਣਾ ਚਾਹੀਦਾ ਕੱਲ੍ਹ ਮਿਲ ਕੇ ਇਹਨੂੰ। ਮੈਂ ਕਿਹਾ ਚਲੋ ਠੀਕ ਹੈ। ਸੋ ਗਏ, ਖਾਇਆ ਪੀਆ ਵਧੀਆ ਤਰੀਕੇ ਨਾਲ, ਖਾਣਾ ਪੀਣਾ, ਅਤੇ ਰੈਸਟਲੈਸ ਪਹਿਲਾਂ ਹੀ ਸੀਗੇ, ਸੁੱਤੇ ਉੱਠੇ 12 ਵਜੇ। ਖਿਆਲੀ ਭਾਜੀ ਦੀ ਸ਼ੂਟਿੰਗ ਸੀਗੀ, ਉਹਨਾਂ ਨੇ ਸ਼ੂਟ 'ਤੇ ਜਾਣਾ ਸੀਗਾ ਆਪਣਾ ਫਿਲਮ ਸਿਟੀ, ਜਿੱਥੇ ਮੈਂ ਹੁਣ ਰਹਿਣਾ, ਜਿੱਥੇ ਮੇਰਾ ਹੁਣ ਘਰ ਹੈ ਜੀ, ਮੇਰੀ ਬੈਕ ਸਾਈਡ 'ਤੇ ਫਿਲਮ ਸਿਟੀ। ਅੱਛਾ ਜੀ। ਅਤੇ ਉਦੋਂ ਅਸੀਂ ਠਹਿਰੇ ਸੀ ਖਿਆਲੀ ਭਾਜੀ ਦੇ ਘਰ, ਯਾਰੀ ਰੋਡ, ਸੋਭਾ ਯਾਰੀ ਰੋਡ ਅਸੀਂ ਗਏ। ਨਹੀਂ, ਮੈਨੂੰ ਖਿਆਲੀ ਭਾਜੀ ਕਹਿੰਦੇ ਮੈਂ ਸ਼ੂਟਿੰਗ 'ਤੇ ਜਾਣਾ, ਤੂੰ ਨਿਕਲ ਜਾ ਉਹਦੇ ਲਈ, ਐਂਡੀ ਸਿੰਘ ਨੂੰ ਮਿਲ ਕੇ ਆ, ਤੂੰ ਬਿਨਾਂ ਮਿਲੇ ਨਾ ਜਾਈ। ਮੈਂ ਕਿਹਾ ਭਾਜੀ ਮੈਨੂੰ ਫਿਲਮ ਸਿਟੀ ਦਿਖਾ ਦਿਉ ਬਸ, ਉਹ ਜਿਹੜੇ ਐਕਟਰ ਜੇ ਹੁੰਦੇ ਨੇ ਜਿੱਥੇ ਜਾ ਰਹੇ ਹੋ ਤੁਸੀਂ, ਚੱਲੇ ਹੋ ਉੱਥੇ, ਉਹ ਮਿਲਾ ਦਿਉ। ਮੈਂ ਕੀ ਕਰਨਾ ਐਂਡੀ ਸਿੰਘ ਨੂੰ ਮਿਲ ਕੇ? ਉਹ ਨਹੀਂ ਨਹੀਂ ਕਹਿੰਦਾ ਤੂੰ ਉੱਥੇ ਜਾ ਇੱਕ ਵਾਰ ਮੇਰੇ ਕਹਿ ਦੇ। ਮੈਂ ਕਿਹਾ ਯਾਰ ਇਹ ਬੰਦਾ ਟਾਲਦਾ, ਇਹਨੂੰ ਕੀ ਜਾਣਦਾ ਨਹੀਂ ਹੋਣਾ ਇੱਥੇ ਫਿਲਮ ਸਿਟੀ 'ਚ। ਮੈਂ ਕਿਹਾ ਬਹਾਨਾ ਲਾ ਰਿਹਾ ਇਹ ਫਿਲਮ ਸਿਟੀ 'ਤੇ ਜਾਣ ਦਿਉ ਮੈਨੂੰ। ਮੈਂ ਚੱਲ ਕੋਈ ਨਾ ਬਾਈ, ਮੈਂ ਜਾਇਆ ਉਹਨਾਂ। ਅਤੇ ਉਹਨੇ ਮੈਨੂੰ ਆਟੋ ਜਾ ਕਰਾ ਕੇ ਦਿੱਤਾ, ਮੈਂ ਗਿਆ, ਥੋੜ੍ਹਾ ਜਿਹਾ ਕੋਲ ਹੀ ਸੀਗਾ, ਜ਼ਿਆਦਾ ਦੂਰ ਨਹੀਂ ਹੁੰਦਾ ਔਫਿਸ। ਗਿਆ ਐਂਡੀ ਸਿੰਘ ਨੂੰ ਮੈਂ ਮਿਲਿਆ ਜਾ ਕੇ, ਐਂਡੀ ਸਿੰਘ ਬਿਲਕੁਲ ਸ਼ੇਪ ਸ਼ੂ ਕਰ ਰੱਖੀ ਪਹਿਲਾਂ ਤਾਂ, ਉਹ ਇੱਦਾਂ ਹੀ ਸੀਗੀ, ਮਤਲਬ ਸੈਟਰਡੇ ਸੰਡੇ ਦਾ ਉਹ ਸੀਗਾ ਵੀਕਐਂਡ ਸੀ, ਬਿਲਕੁਲ ਪਰਫੈਕਟ। ਮੈਂ ਪਛਾਣਿਆ ਨਹੀਂ,
ਬੈਠਿਆ ਮੈਂ ਅਤੇ ਕਿੱਤਾ ਮੈਂ ਹਿਮੇਸ਼ ਬਾਈ ਕੋ ਬੁਲਾ ਰਹਾ ਹੂੰ ਆਪਕੇ ਬਾਰੇ ਮੈਂ ਬਤਾਇਆ ਮੈਨੂੰ ਉਨਕੋ ਆਲਰੇਡੀ ਉਨਕੋ ਬੁਲਾ ਰਹਾ ਹੂੰ ਉਹਨਾਂ ਨੂੰ ਬੁਲਾ ਰਿਹਾ ਮੈਂ ਅਤੇ ਉਹ ਤੁਹਾਨੂੰ ਸੁਣਨਗੇ ਗਾਣਾ ਥੋੜ੍ਹਾ ਸੁਣਨਗੇ ਮੈਂ ਚਾਹੁੰਦਾ ਉਹਨਾਂ ਦੇ ਕੰਨਾਂ ਤੱਕ ਤੁਹਾਡੀ ਆਵਾਜ਼ ਜਾਵੇ ਜੀ ਮੈਂ ਇੱਦਾਂ ਹੀ ਮਤਲਬ ਲਾਪਰਵਾਹ ਜਾਓਗੇ ਬੇਪਰਵਾਹ ਜਾਓਗੇ ਬੈਠਿਆ ਰਿਹਾ ਵੀ ਚੱਲ ਕੋਈ ਨਾ ਆਜੋ ਸੁਣ ਲਓ ਕੀ ਹੋਜੂਗਾ ਐਂਡੀ ਸਰ ਨੇ ਹਿਮੇਸ਼ ਜੀ ਨੂੰ ਬੁਲਾਇਆ ਉੱਪਰ ਕਹਿੰਦੇ ਜੀ ਆਓ ਤੁਹਾਨੂੰ ਮੈਂ ਇੱਕ ਸਿੰਗਰ ਸੁਣਾਉਣਾ ਕਲਾਕਾਰ ਸੁਣਾਉਣਾ ਮੈਂ ਰਾਤੀ ਸੁਣਿਆ ਸੀ ਉਹਨਾਂ ਨੂੰ ਅਤੇ ਮੈਂ ਚਾਹੁੰਦਾ ਵੀ ਤੁਸੀਂ ਵੀ ਇੱਕ ਵਾਰ ਉਹਦੀ ਆਵਾਜ਼ ਸੁਣ ਲਓ ਜੀ ਹਿਮੇਸ਼ ਜੀ ਆਏ ਹਿਮੇਸ਼ ਜੀ ਜਲਦੀ ਜਲਦੀ 'ਚ ਆਏ ਹਿਮੇਸ਼ ਜੀ ਕਹਿੰਦੇ ਐਂਡੀ ਮੇਰੇ ਪਾਸ 2 ਮਿੰਟ ਹੈ ਸਿਰਫ ਉਸ ਤੋਂ ਬਾਅਦ ਮੈਂ ਨਿਕਲ ਜਾਊਂਗਾ ਉਹਨਾਂ ਦਾ ਮਿਊਜ਼ਿਕ ਸਟਾਰਟ ਕੀਤਾ ਸੀ ਬੋਡੀ ਗਾਰਡ ਫਿਲਮ ਦਾ ਚੱਲ ਰਿਹਾ ਸੀਗਾ ਕੰਮ ਉਹ 'ਤੇ ਕਹਿੰਦੇ ਇਹਨੂੰ ਆਪਦੇ ਸਿੰਗਰ ਨੂੰ ਕਹਿ ਜਿਹਦੀ ਤਾਰੀਫ ਕਰਨ ਲੱਗਿਆ ਤੂੰ ਸਵੇਰ ਦਾ ਇਹਨੂੰ ਕਿਹਾ ਵੀ 2 ਮਿੰਟ ਦੇ ਵਿੱਚ ਕੀ ਸੁਣਾ ਸਕਦਾ ਮੈਨੂੰ ਐਂਡੀ ਸਰ ਕਹਿੰਦਾ ਕਹਿੰਦਾ ਇਹਨੂੰ ਬੁਜੁਰ ਰਾਤ ਸੁਣਾਇਆ ਤਾਂ ਉਹ ਸੁਣਾਓ ਆਲਮ ਭਾਈ ਉਹ ਜੈਸੇ ਮੁਝੇ ਸੁਣਾਇਆ ਤਾਂ ਮੈਂ ਇੰਪ੍ਰੈਸ ਹੋਊਗਾ ਤਾਂ ਇਨਕੋ ਵੀ ਕਰੋ ਮੈਂ ਕਿਹਾ ਇੰਪ੍ਰੈਸ ਥੋੜ੍ਹੀ ਕਰਨਾ ਮੈਂ ਇੱਥੇ ਮੈਂ ਮਿਲਣ ਆਇਆ ਤੂੰ ਕਿਹਾ ਸੀ ਕਾਰਡ ਦੇ ਕੇ ਮਿਲ ਕੇ ਜਾਈ ਅਰਜੈਂਟ ਹੈ ਮੈਂ ਕਿਹਾ ਮੈਂ ਕੋਈ ਮੈਂ ਇੰਪ੍ਰੈਸ ਨਹੀਂ ਕਰ ਸਕਦਾ ਹੈਗਾ ਅਤੇ ਹਿਮੇਸ਼ ਕਹਿਤਾ ਥੋੜ੍ਹਾ ਜਿਹਾ ਉਹ ਹੋ ਗਿਆ ਮੇਰੇ ਨਾਲ ਹਿਮੇਸ਼ ਬਾਈ ਤਾਂ ਕਹਿੰਦੇ ਨੇ ਕੰਫਰਟ ਜਿਹਾ ਹੋ ਗਏ ਉਹਨਾਂ ਨੂੰ ਐਂ ਲੱਗਿਆ ਵੀ ਇਹ ਮੇਰੇ ਤੋਂ ਘਬਰਾ ਰਿਹਾ ਵੀ ਪਹਿਲੀ ਵਾਰ ਮੈਂ ਤਾਂ ਉਦੋਂ ਜਾਣਦਾ ਵੀ ਨਹੀਂ ਸੀਗਾ ਆਪਣੇ ਹੈ ਹੀ ਨਹੀਂ ਸੀ ਇੱਧਰ ਕਲਚਰ 'ਚ ਬਹੁਤ ਘੱਟ ਲੋਕ ਜਾਣਦੇ ਸੀ ਉਦੋਂ ਜਦ ਮਤਲਬ ਉਹਨਾਂ ਦਾ 13 ਸਰੂਰ ਚੱਲਦਾ ਸੀ ਗਾਣਾ ਉਦੋਂ ਲੋਕ ਸਾਰੇ ਜਾਣਦੇ ਸੀ ਪੰਜਾਬ ਕੋਈ ਨਹੀਂ ਸੁਣਦਾ ਸੀ ਅਤੇ ਉੱਦਾਂ ਹੀ ਟੀਵੀ 'ਤੇ ਦੇਖਿਆ ਹੋਇਆ ਸੀ ਮੈਂ ਜ਼ਿਆਦਾ ਕੋਈ ਪ੍ਰਭਾਵਿਤ ਨਹੀਂ ਸੀਗਾ ਉਹਨਾਂ ਤੋਂ ਮੈਂ ਕਿਹਾ ਜੀ ਮੈਨੂੰ ਮੇਰੀ ਯਾਦ ਨਹੀਂ ਹੁਣ ਕਿਹੜਾ ਗਾਇਆ ਸੀ ਮੈਂ ਤਾਂ ਰਾਤ 2-3 ਘੰਟੇ ਗਾਉਂਦਾ ਰਿਹਾ ਚੱਲ ਕਹਿੰਦਾ ਕੋਈ ਆਪਣੀ ਪਸੰਦ ਆ ਸੁਣਾ ਦੇ ਜੋ ਤੈਨੂੰ ਪਸੰਦ ਹੈ ਮੈਂ ਸੁਣਾਇਆ ਥੋੜ੍ਹਾ ਜਿਹਾ ਪੰਜਾਬੀ ਗਾਣਾ ਸੁਣਾਇਆ ਮੈਂ ਸੁਣਾਇਆ ਵੀ ਆਪਣੇ ਦਾਦਾ ਜੀ ਵਾਲਾ ਜਿਹੜੇ ਦਾਦਾ ਜੀ ਗਾਉਂਦੇ ਸੀ ਪੜਦਾਦਾ ਜੀ ਉਹਨਾਂ ਦਾ ਲਿਖਿਆ ਹੋਇਆ ਉਹ ਵੀ ਸੁਣਾਇਆ ਸੀਗਾ ਮੈਂ ਮੈਨੂੰ ਕਹਿੰਦਾ ਅੱਛਾ ਤੁਸੀਂ ਯਕੀਨ ਨਹੀਂ ਕਰਨਾ ਬਾਜਾ ਕਦੋਂ ਆ ਗਿਆ ਉੱਥੇ ਸਟੂਡੀਓ ਦੇ ਵਿੱਚ ਅਤੇ 2 ਮਿੰਟ ਤੋਂ 2.5 ਘੰਟੇ ਕਦੋਂ ਹੋ ਗਏ ਮੈਨੂੰ ਪਤਾ ਨਹੀਂ ਲੱਗਿਆ ਪੂਰਾ ਪਰਿਵਾਰ ਆ ਕੇ ਬਹਿ ਗਿਆ ਜੀ ਇੱਦਾਂ ਮਤਲਬ ਸੋਫੇ ਸਾਰੇ ਭਰ ਗਏ ਕਿਆ ਬਾਤ ਆ ਜੀ ਉਹਨਾਂ ਦੇ ਡੈਡੀ ਉਹਨਾਂ ਦੇ ਫਾਦਰ ਸਾਹਿਬ ਉਹਨਾਂ ਦੀ ਵਾਈਫ ਉਹਨਾਂ ਦੇ ਬੱਚੇ ਟੋਟਲੀ ਸਾਰਾ ਸਟਾਫ ਸਾਰਾ ਸੁਣ ਰਹੇ ਨੇ ਬੈਠੇ ਕਿਆ ਬਾਤ ਆ ਜੀ ਔਰ ਮੈਂ ਪੰਜਾਬੀ ਉਹ ਗਾ ਰਿਹਾ ਸੀਗਾ ਹਿੰਦੀ ਵੀ ਨਹੀਂ ਮੈਨੂੰ ਆਉਂਦਾ ਸੀ ਉਦੋਂ ਗਾਣਾ ਅਤੇ ਉਹ ਮੈਂ ਐਂਡੀ ਨੂੰ ਪੁੱਛਿਆ ਐਂਡੀ ਸਰ ਪੰਜਾਬੀ ਸੀਗੇ ਪਟਿਆਲੇ ਤੋਂ ਸੀਗੇ ਨਹੀਂ ਅੰਬਾਲੇ ਤੋਂ ਪਰ ਉਹ ਰਹਿੰਦੇ ਸੀਗੇ ਦੁਬਈ ਤੋਂ ਸ਼ਿਫਟ ਹੋਏ ਸੀਗੇ ਇੱਧਰ ਉਹਨਾਂ ਨੂੰ ਵੀ ਪੰਜਾਬੀ ਆਉਂਦੀ ਨਹੀਂ ਸੀਗੀ ਜਨਮ ਉੱਧਰ ਹੋਇਆ ਸੀ ਅਤੇ ਉਹਨਾਂ ਨੂੰ ਮੈਂ ਪੁੱਛਿਆ ਮੈਂ ਕਿਹਾ ਇਹਨੂੰ ਸਮਝ ਆ ਰਿਹਾ ਇਹਨਾਂ ਨੂੰ ਸਾਰਾ ਕਹਿਤਾ ਬਾਈ ਮੁਝੇ ਨਹੀਂ ਪਤਾ ਸਮਝ ਆ ਰਿਹਾ ਨਹੀਂ ਯਾਰ ਪਰ ਇਨਕੋ ਅੱਛਾ ਬਹੁਤ ਲੱਗ ਰਿਹਾ ਹੈ ਆਪ ਗਾ ਰਹੇ ਹੋ ਹਾਰਮੋਨੀਅਮ ਕੇ ਸਾਥ ਜੋ ਆਪ ਲੈ ਰਹੇ ਹੋ ਸਭ ਕੁਛ ਇਹ ਅਟਕੇ ਬੈਠੇ ਕਿ ਇਹ ਬੰਦਾ ਰੁਕੇ ਨਾ ਕਹਿਤਾ ਆਪਕੋ ਪਤਾ ਨਹੀਂ ਹੈ ਮੈਨੇ ਕਿਤਨੀ ਤਾਰੀਫ ਕੀਤੀ ਇਹ ਹਿਮੇਸ਼ ਬਾਈ ਕੋਲ ਕਿੰਨੀ ਤਾਰੀਫ ਕੀਤੀ ਸੀ ਮੈਂ ਤੁਹਾਡੀ ਅਤੇ ਤੁਸੀਂ 4 ਚੈਨਲ ਲਾ ਤੇ ਮੇਰੀ ਇੱਜ਼ਤ ਬਣ ਗਈ ਪੂਰੀ ਕਿਆ ਬਾਤ ਵੀ ਸਵਾਦ ਆ ਗਿਆ ਮੈਂ ਬਹੁਤ ਖੁਸ਼ ਹੋਇਆ ਅਤੇ ਉੱਥੋਂ ਹੀ ਫਿਰ ਹਿਮੇਸ਼ ਬਾਈ ਮੈਨੂੰ ਕਹਿੰਦੇ ਆਲਮ ਮੈਂ ਤੁਹਾਡਾ ਗਾਣਾ ਬੋਡੀਗਾਰਡ ਫਿਲਮ ਮੇਂ ਸਲਮਾਨ ਖਾਨ ਕੀ ਫਿਲਮ ਮੇਂ ਲੈ ਰਹਾ ਹੂੰ ਕਿਆ ਬਾਤ ਆ ਜੀ ਉਦੋਂ ਹੀ ਮੈਨੂੰ ਇੰਨੀ ਐਕਸਾਈਟਮੈਂਟ ਜਾਂ ਕੁਛ ਇੱਦਾਂ ਹੋਇਆ ਨਹੀਂ ਹੈਗਾ ਮੈਂ ਕਿਹਾ ਜੀ ਲੈ ਲਓ ਕਹਿੰਦਾ ਹਿੰਦੀ ਗਾਏਗਾ ਮੈਂ ਕਿਹਾ ਹਿੰਦੀ ਮੈਂ ਗਾ ਦੂੰਗਾ ਕੋਸ਼ਿਸ਼ ਕਰ ਸਕਦਾ ਮੈਂ ਪਰ ਮੈਂ ਗਾਇਆ ਹੈ ਨਹੀਂ ਕਦੇ ਕਿਉਂਕਿ ਮੈਂ ਮਾਈਕ ਦੇ ਉੱਪਰ ਪਹਿਲੀ ਵਾਰ ਗਿਆ ਸੀ ਉਦੋਂ ਫਸਟ ਟਾਈਮ ਮੈਕ ਦੇ ਉੱਪਰ ਉਹ ਵੀ ਸਲਮਾਨ ਖਾਨ ਦੀ ਫਿਲਮ ਲਈ ਗਾਇਆ ਤੁਸੀਂ ਗਾਣਾ ਹਿਮੇਸ਼ ਰੇਸ਼ਮੀਆ ਦਾ ਮਿਊਜ਼ਿਕ ਹੋਵੇ ਅਤੇ ਵੱਡੇ ਰਾਈਟਰ ਦਾ ਲਿਖਿਆ ਹੋਵੇ ਵੱਡੀ ਗੱਲ ਹੁੰਦੀ ਹੈ ਅਤੇ ਮੈਨੂੰ ਜਦ ਘਬਰਾਹਟ ਗਈ 3 ਕੁ ਦਿਨਾਂ ਬਾਅਦ ਹੋਈ ਸਟਾਰਟ ਉਦੋਂ ਤਾਂ ਮੈਂ ਚੱਕੀ ਗਿਆ ਫੱਟੇ ਮੈਂ ਕਿਹਾ ਕਿਹੜਾ ਕੋਈ ਗੱਲ ਨਹੀਂ ਗਾ ਦਾਂਗੇ ਇੱਦਾਂ ਹੀ ਗੱਲ ਕਰਕੇ ਅਤੇ ਉਹਨਾਂ ਨੇ ਜਦ ਮਾਈਕ ਮੂਕ ਰੱਖਿਆ ਫਿਰ ਉਹ ਆ ਗਏ ਇਹਨਾਂ ਦੇ ਸਲਮਾਨ ਦੀ ਪੂਰੀ ਟੀਮ ਪਹੁੰਚ ਗਈ ਅਰਵਾਜ਼ ਜੀ ਪਹੁੰਚ ਗਏ ਉਹ ਡਾਇਰੈਕਟਰ ਸੀਗੇ ਫਿਲਮ ਦੇ ਸੁਮਿਤ ਦੱਤ ਜੀ ਪੰਜਾਬੀ ਸੀਗੇ ਸੁਮਿਤ ਭਾਅ ਜੀ ਅਤੇ ਫਿਰ ਨਾਲ ਸੀਗੇ ਉਹਨਾਂ ਦੇ ਸੁਨੀਲ ਅਗਨੀਹੋਤਰੀ ਜੀ ਜਿਹੜੇ ਪ੍ਰੋਡਿਊਸਰ ਸੀ ਫਿਲਮ ਦੇ ਸਾਰੀ ਟੀਮ ਪਹੁੰਚੀ ਉਹਨਾਂ ਦੀ ਕਰੀਨਾ ਕਰੂਨਾ ਸਾਰੇ ਸਲਮਾਨ ਬਾਈ ਨਹੀਂ ਸੀ ਇਕੱਲੇ ਅੱਛਾ ਜੀ ਵੀ ਉਹਨਾਂ ਨੇ ਪਤਾ ਨਾ ਸ਼ੋਰ ਮਚਾ ਤਾ ਵੀ ਤੁਹਾਡਾ ਗਾਣਾ ਅਸੀਂ ਸ਼ੂਟ ਉਹ ਕਰਨ ਲੱਗਿਆ ਰਿਕਾਰਡ ਕਰਨ ਲੱਗਿਆ ਸੂਰਿਆ ਉਹ ਆਪਣਾ ਦੇਸੀ ਬੀਟ ਵੀ ਜਿਹੜਾ ਗਾਉਣ ਵਾਲਾ ਸਿੰਗਰ ਸਪੈਸ਼ਲ ਪੰਜਾਬ ਤੋਂ ਬੁਲਾਇਆ ਸੀ ਕਿਆ ਬਾਤ ਵੀ ਬਹੁਤ ਵੱਡਾ ਗਾਣਾ ਹੈ ਬਹੁਤ ਵੱਡਾ ਇਹ ਐਂ ਕਰਕੇ ਸਾਰਾ ਇਕੱਠਾ ਕਰ ਲਿਆ ਹੁਣ ਮੈਨੂੰ ਪਤਾ ਹੀ ਨਹੀਂ ਸੀ ਇਹਨਾਂ ਗੱਲਾਂ ਦਾ ਤੁਹਾਨੂੰ ਮੇਰੇ ਲਈ ਜਿਵੇਂ ਹਾਂ ਜਿਵੇਂ ਉਹਦੇ ਵਿੱਚ ਮਤਲਬ ਇੱਕ ਸ਼ੇਰ ਨੂੰ ਦੇਖਣ ਲਈ ਸਾਰੀ ਜਨਤਾ ਇਕੱਠੀ ਹੁੰਦੀ ਸ਼ੇਰ ਨੂੰ ਥੋੜ੍ਹੀ ਪਤਾ ਹੁੰਦਾ ਮੈਨੂੰ ਦੇਖਣਾ ਇਹਨਾਂ ਦਾ ਐਂ ਵੀ ਘੁੰਮਦੇ ਫਿਰਦੇ ਨੇ ਵੈਸੇ ਹੀ ਜਾਂ ਉਹਨਾਂ ਨੇ ਦੱਸਿਆ ਹਿਮੇਸ਼ ਬਾਈ ਨੇ ਕਿ ਆਲਮ ਬਾਈ ਆਪਸੇ ਮਿਲਣੇ ਹੈ ਸਾਰੇ ਅੱਛਾ ਜੀ ਫਿਰ ਮੈਂ ਥੋੜ੍ਹਾ ਜਿਹਾ ਘਬਰਾ ਗਿਆ ਮੈਂ ਕਿਹਾ ਯਾਰ ਇਹ ਕੀ ਚੱਕਰ ਫਿਰ ਇੱਕ ਹੋ ਜਾਂਦੀ ਹੈ ਨਾ ਵੀ ਹੁਣ ਜੇ ਮੇਰੇ ਤੋਂ ਨਾ ਵਧੀਆ ਗਾਇਆ ਗਿਆ ਫਿਰ ਪ੍ਰੋਬਲਮ ਹੋ ਜਾਊਗੀ ਹੁਣ ਤੱਕ ਤਾਂ ਮੈਂ ਲਾਪਰਵਾਹ ਬੇਪਰਵਾਹ ਵਾਂਗ ਹੋਇਆ ਫਿਰਦਾ ਸੀਗਾ ਹੁਣ ਕਰੀਨਾ ਕਪੂਰ ਜਿਹਨੂੰ ਟੀ ਵੀ 'ਤੇ ਦੇਖਦਾ ਮੈਂ ਵੀ ਪਸੰਦ ਕਰਦਾ ਸੀ ਉਹਨੂੰ ਅਤੇ ਸਾਰਿਆਂ ਨੂੰ ਮੈਂ ਦੇਖ ਰਿਹਾ ਸਾਰੇ ਸਾਹਮਣੇ ਖੜੇ ਨੇ ਇਹਨਾਂ ਦੀ ਫਿਲਮ ਲਈ ਗਾਣਾ ਗਾ ਰਿਹਾ ਹੁਣ ਤਾਂ ਵੱਡੀ ਗੱਲ ਹੋ ਗਈ ਹੁਣ ਤਾਂ ਫਿਰ ਘਬਰਾਹਟ ਜੀ ਹੋ ਗਈ ਅਤੇ ਗਾਣਾ ਗਾਤਾ ਮੈਂ ਗਾਣਾ ਹੋ ਗਿਆ ਸਾਰਾ ਗਾਣਾ ਵੀ ਮੈਂ ਐਸਾ ਖਿੱਚ ਕੇ ਗਾਇਆ ਵੀ ਕਮੀ ਨਾ ਰਹੇ ਕੋਈ ਅੱਛਾ ਜੀ ਚੌਥੇ ਕਾਲੇ ਸੁਰ ਤੋਂ ਗਾਇਆ ਮੈਂ ਚੱਕ ਕੇ ਐਂ ਕਰੋ ਫਿਰ ਭਾਅ ਜੀ ਨਿੱਕਾ ਸੁਰ ਲਾ ਦਿਓ ਹਾਂਜੀ ਉਹ ਸੁਣਾਊਂਗਾ ਪਹਿਲਾਂ ਗਾਣੇ ਦੀ ਸਟੋਰੀ ਸੁਣਾ ਦਿੰਦਾ ਮੈਂ ਇਹ ਫਿਰ ਚੌਥੇ ਤੋਂ ਗਾਇਆ ਇਹ ਗਾਣਾ ਆਲਰੇਡੀ ਸ਼ੂਟ ਵੀ ਹੋ ਗਿਆ ਸੀਗਾ
ਹਿਮੇਸ਼ ਬਾਈ ਸੋਚ ਰਹੇ ਸੀ, ਮਤਲਬ ਉਹਨਾਂ ਦਾ ਬੜਾਪਣ, ਉਹਨਾਂ ਦਾ ਦਿਲ, ਮੈਂ ਉਹਨਾਂ ਦੀ ਪਿੱਠ ਪਿੱਛੇ ਤਾਰੀਫ ਕਰ ਰਿਹਾ, ਵੈਰੀ ਮਤਲਬ ਕਮਾਲ ਦੇ ਇਨਸਾਨ ਨੇ ਉਹ, ਵੈਰੀ ਲਵਲੀ ਪਰਸਨ। ਉਹਨਾਂ ਨੇ ਗਾ ਚੁੱਕੇ ਸੀ ਮਿੱਕਾ ਭਾਜੀ ਦੇ ਆਵਾਜ਼ ਦੇ ਵਿੱਚ, ਗਾਣਾ ਸ਼ੂਟ ਵੀ ਹੋ ਗਿਆ ਸੀ, ਰਿਕਾਰਡ ਵੀ ਹੋ ਗਿਆ ਸੀ, ਮਾਸਟਰ ਮਿਕਸ ਵੀ ਹੋ ਗਿਆ, ਸਾਰਾ ਕੁਛ ਹੋ ਗਿਆ ਸੀਗਾ। ਹਿਮੇਸ਼ ਬਾਈ ਕਹਿੰਦੇ ਜਿੱਦਾਂ ਮਰਜ਼ੀ ਕਰਾਂ ਮੈਂ ਆਲਮ ਦੀ ਆਵਾਜ਼ ਰੱਖਣੀ ਰੱਖਣੀ ਹੈ ਗਾਣੇ ਦੇ ਵਿੱਚ, ਜਿੱਦਾਂ ਮਰਜ਼ੀ ਰੱਖਾਂ, ਮੈਨੂੰ ਇੰਨਾ ਕੁ ਪਸੰਦ ਹੈ ਵੀ ਇਹਦੀ ਮੈਂ ਆਵਾਜ਼ ਲੈਣੀ ਹੀ ਲੈਣੀ ਹੈ, ਕਿੱਦਾਂ ਰੱਖਾਂ। ਮੈਂ ਉਹੀ ਸੋਚ ਰਿਹਾ ਸੀਗਾ, ਉਹ ਵੀ ਮੈਨੂੰ ਐਂ ਸੀ ਵੀ ਮੇਰੇ ਤੋਂ ਸਿੱਧਾ ਮੇਰੇ ਤੋਂ ਹੀ ਗਾ ਰਿਹਾ, ਮੈਨੂੰ ਨਹੀਂ ਪਤਾ ਸੀ ਪਹਿਲਾਂ ਹੀ ਫਿਲਮ ਹੋ ਵੀ ਪੀ ਆਰ ਏ ਟੀ ਸਾਰਾ ਕੁਛ। ਅੱਛਾ ਜੀ। ਅਤੇ ਮੈਂ ਗਾਇਆ ਚੌਥੇ ਦਿਨ ਚੱਕ ਕੇ, ਕਹਿਤਾ ਅਭੀ ਜਹਾਂ ਆਲਮ ਨੇ ਗਾਇਆ ਹੈ ਯਹੀਂ ਸੇ ਮਿੱਕਾ ਭਾਈ ਸੇ ਗਵਾਏਂਗੇ। ਮਿੱਕਾ ਭਾਈ ਤੋਂ ਗਵਾਇਆ 6 ਵਾਰ ਗਾਣਾ। ਅੱਛਾ ਜੀ। ਸੇਮ ਸੁਰ 'ਤੇ ਨਹੀਂ ਗਾਇਆ ਗਿਆ ਉਹਨਾਂ ਤੋਂ, ਉਹਨਾਂ ਦਾ ਸਕੇਲ ਥੋੜ੍ਹਾ ਡਾਊਨ ਆ, ਹੈ ਨਾ, ਸਕੇਲ ਵੀ ਡਾਊਨ, ਉਹ ਗਾ ਵੀ ਸਕਦੇ ਨੇ, ਗਾਏ ਵੀ ਉਹਨਾਂ ਨੇ ਅੱਜ। ਹੁਣ ਜਦ ਵੀ ਤੁਸੀਂ ਕਦੇ ਸੁਣੋਗੇ ਨਾ, ਨੀਚੇ ਨੀਚੇ ਮੇਰੀ ਵੋਕਲ ਵੀ ਉਹਨਾਂ ਨੇ ਲਾਈ ਹੋਈ ਹੈ ਅਟੈਚ ਕਰਕੇ, ਤਾਂ ਕਿ ਇੱਕ ਸਾਰਾ ਜਿਹਾ ਮਿਲਦਾ ਰਹੇ। ਮਿੱਕਾ ਭਾਜੀ ਤਾਂ ਪਹਿਲਾਂ ਤਾਂ ਇਹਨਾਂ ਨੇ ਕਰਾ ਲਿਆ ਸੀ, ਉਹਨਾਂ ਨੇ ਹਿੰਦੀ ਵਰਜਨ ਰੱਖਿਆ ਸੀਗਾ ਦੇਸੀ ਬੀਟ ਦਾ, ਮੈਂ ਰੱਖਿਆ ਸੀ ਟਿਪੀਕਲ ਪੰਜਾਬੀ। ਹੁਣ ਤੁਸੀਂ ਲਿਖ ਕੇ ਭਰੋਗੇ ਪੰਜਾਬੀ ਹਿੱਪ ਹੋਪ ਦੇਸੀ ਬੀਟ ਤਾਂ ਮੇਰੇ ਵਾਲਾ ਆਊਗਾ, ਜੇ ਇਕੱਲਾ ਤੁਸੀਂ ਦੇਸੀ ਬੀਟ ਲਿਖੋਗੇ ਬੋਡੀਗਾਰਡ ਫਿਲਮ ਦਾ, ਫਿਰ ਮਿੱਕਾ ਭਾਜੀ ਦਾ ਆਊਗਾ। ਅੱਛਾ ਜੀ। ਅਤੇ ਜਦੋਂ ਉਹਨਾਂ ਨੇ ਗਵਾਇਆ, ਮਿੱਕਾ ਭਾਜੀ ਨੇ ਮੈਨੂੰ ਕਹਿਤਾ, ਉਹ ਯਾਰ ਤੂੰ ਕਿੰਨਾ ਉੱਚਾ ਗਾਤਾ ਤੂੰ ਕਾਕਾ, ਇੰਨਾ ਉੱਚਾ ਕਿਉਂ ਗਾਇਆ ਯਾਰ, ਮੈਨੂੰ ਗਾਉਣਾ ਔਖਾ ਹੋ ਗਿਆ। ਮੈਂ ਕਿਹਾ ਵੀ ਇਹ ਤੋਂ ਕਦੋਂ ਗਾ ਰਹੇ, ਮੇਰੇ ਤੋਂ ਗਵਾਇਆ ਜਾ ਤੁਸੀਂ। ਮੈਂ ਮੇਜਵਾਈ ਨੂੰ ਗਿਆ, ਕਹਿਤੇ ਨਹੀਂ ਆਲਮ, ਹਮ ਆਪਕੀ ਆਵਾਜ਼ ਰੱਖਣਾ ਚਾਹਤੇ ਹੈ, ਇਹ ਤੋਂ ਆਲਰੇਡੀ ਹੋ ਰੁਕਾ ਤਾ ਮਿੱਕਾ ਜੀ ਕੀ ਆਵਾਜ਼ ਮੈਂ, ਇਹ ਤੋਂ ਮੈਂ ਚਾਹਤਾ ਹੂੰ ਕਿ ਤੁਹਾਰੀ ਆਵਾਜ਼ ਆਏ। ਸਲਮਾਨ ਭਾਈ ਚਾਹਤੇ ਹੈ, ਜਦ ਮੈਨੂੰ ਉਹਨੂੰ ਕੁਛ ਸੁਣਾਈ, ਉਹਨੂੰ ਆਵਾਜ਼ ਸੁਣਾਈ ਸਲਮਾਨ ਖਾਨ ਨੂੰ ਤੁਹਾਡੀ, ਉਹਨਾਂ ਨੇ ਕਿਹਾ ਵੀ ਇਹਦੀ ਆਵਾਜ਼ ਰੱਖੋ ਚਾਹੇ ਜਿੱਦਾਂ ਮਰਜ਼ੀ ਫਿਲਮ 'ਚ ਪਾਓ ਮੈਨੂੰ। ਜੀ। ਅਤੇ ਮੈਂ ਕਿਹਾ ਚਲੋ ਵਧੀਆ, ਐਂਡੀ ਸਰ ਕਹਿੰਦੇ ਤੇਰੀ ਲਈ ਤੇਰੀ ਕਿਸਮਤ ਦਰਵਾਜ਼ਾ ਖੁੱਲ੍ਹ ਗਿਆ। ਮੈਂ ਕਿਹਾ ਮੇਰੇ 'ਤੇ ਫਲਾਈਟ ਆ ਰਾਤ ਦੀ ਅੱਜ, ਦਰਵਾਜ਼ਾ ਹੀ ਖੁੱਲ੍ਹ ਗਿਆ, ਮੈਂ ਤਾਂ ਘਰ ਜਾਣਾ ਵਾਪਸ।